ਜੇ ਸ਼੍ਰੀ கிருஷ்ਣ ਰਹੀ ਸਵੇਰੇ ਦਾ ਮੌਸਮ ਦਿਖਾਉਂਦੀਆਂ ਤੁਹਾਨੂੰ ਮੈਂ ਦੇਖੋ ਕਿੰਨਾ ਵਧੀਆ ਮੌਸਮ ਹੈ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਐਕਸਰਸਾਈਜ਼ ਕਰਦੀਆਂ ਜੋ ਕਿ ਮੇਰਾ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਜਿਸ ਦੇ ਨਾਲ ਮੇਰੇ ਬਹੁਤ ਸਾਰੀ ਪ੍ਰੋਬਲਮ ਦੂਰ ਹੁੰਦੀਆਂ ਇਸ ਨੂੰ ਮੈਂ ਇਗਨੋਰ ਨਹੀਂ ਕਰ ਸਕਦੀ ਜੇ ਮੈਂ ਐਕਸਰਸਾਈਜ਼ ਕਰਦੀਆਂ ਮਤਲਬ ਰੈਗੂਲਰ ਇੱਕ ਤਰ੍ਹਾਂ ਦੀ ਨਹੀਂ ਕਰਦੀ ਚੇਂਜ ਕਰ ਦਿੰਦੀਆਂ ਰੋਜ਼ ਜਾਂ ਫਿਰ ਦੋ ਤਿੰਨ ਦਿਨਾਂ ਬਾਅਦ ਤਾ ਕਿ ਮੇਰੀ ਬਾਡੀ ਯੂਜ਼ ਟੋਨ ਜੇਕ ਕੇ ਤਰ੍ਹਾਂ ਦੀ ਇਸ ਵਾਸਤੇ ਜੇ ਤੁਸੀਂ ਵੀ ਐਕਸਰਸਾਈਜ਼ ਕਰਦੇ ਹੋ ਨਾ ਤਾਂ ਅ ਵੇਕ ਚ ਦੋ ਤਰ੍ਹਾਂ ਦੀ ਐਕਸਰਸਾਈਜ਼ ਕਰਿਆ ਕਰੋ ਦੋ ਤਿੰਨ ਦਿਨ ਇੱਕ ਤਰ੍ਹਾਂ ਦੀ ਫਿਰ ਉਹਨਾਂ ਨੂੰ ਚੇਂਜ ਕਰਦਿਆ ਕਰੋ ਇਹ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਬੈਨੀਫਿਟ ਹੁੰਦੇ ਆ ਮੇਰੀ ਵੀ ਬਹੁਤ ਸਾਰੀ ਪ੍ਰੋਬਲਮਸ ਦੂਰ ਹੋਈਆਂ ਇਸ ਕਰਕੇ ਮੈਂ ਐਕਸਰਸਾਈਜ਼ ਤਾਂ ਕਰਨੀ ਛੱਡੀ ਨਹੀਂ ਸਕਦੀ ਸੂਰਜ ਨਮਸਕਾਰ ਜਾਂ ਫਿਰ ਕੋਈ ਬੈਠ ਕੇ ਐਕਸਰਸਾਈਜ਼ ਕਰਨੀ ਹੁੰਦੀ ਹੈ ਜੀਵੇਂ ਵੀ ਉਸ ਤੋਂ ਬਾਅਦ ਮੈਂ ਆਪਣੀ ਪਾਠ ਪੂਜਾ ਕਰਨੀ ਹੁੰਦੀ ਹੈ ਇਹ ਵੀ ਬਹੁਤ ਜ਼ਰੂਰੀ ਕੰਮ ਹੈ ਸ਼ਾਇਦ ਹਰ ਇੱਕ ਨੂੰ ਹੀ ਕਰਨਾ ਚਾਹੀਦਾ ਹੈ ਇਸ ਤੋਂ ਬਿਨਾਂ ਤਾਂ ਕੋਈ ਗਤੀ ਨਹੀਂ ਹੈ ਕਿਸੇ ਦੀ ਉਸ ਤੋਂ ਬਾਅਦ ਮੈਂ ਕਿਚਨ ਜਾਂਦੀ ਹਾਂ ਇਹ ਮੈਂ ਅੱਜ ਛਲਗਮ ਦੀ ਸਬਜ਼ੀ ਬਣਾਈ ਹੈ ਐਕਚੁਅਲੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਨਾ ਜੋ ਵੀ ਮੈਂ ਦਿਨ ਚ ਕੰਮ ਕਰਨਾ ਹੁੰਦਾ ਹੈ ਕਈ ਹੁੰਦੇ ਆ ਕਿਸੇ ਦਾ ਕੋਈ ਸੂਟ ਵਗੈਰਾ embroider ਕਰਨ ਵਾਸਤੇ ਆ ਜਾਂਦਾ ਹੈ ਮਸ਼ੀਨ ਦੀ ਆ ਫਿਰ ਹੈਂਡਵਰਕ ਦੀ ਤਾਂ ਮੈਂ ਉਹ ਆਪਣਾ ਕੰਮ ਸ਼ੁਰੂ ਕਰ ਦਿੰਦੀ ਆ ਇਹ ਵੀ ਕਿਸੇ ਦਾ ਸੂਟ ਆਇਆ ਹੋਇਆ ਸੀ ਤਾਂ ਗੋਟਾ ਪੱਤੀ ਦਾ ਕੰਮ ਕਰਨਾ ਸੀਗਾ ਤਾਂ ਮੈਂ ਗੋਟਾ ਪੱਤੀ ਦਾ ਵਰਕ ਜੋ ਹੁੰਦਾ ਨਾ ਇੰਨਾ ਜ਼ਿਆਦਾ ਨਹੀਂ ਹੁੰਦਾ ਤੁਸੀਂ ਵੀ ਕਰ ਸਕਦੇ ਹੋ ਸਮਾਨ ਲਿਆ ਕੇ ਪਹਿਲਾਂ ਆਪਾਂ ਗਲੂ ਨਾਲ ਹੀ ਚਿਪਕਾਉਣਾ ਹੁੰਦਾ ਹੈ ਬਸ ਬਾਅਦ ਚ ਥੋੜਾ ਬਹੁਤ ਹੀ ਵਰਕ ਹੁੰਦਾ ਹੈ ਕਰਨ ਵਾਸਤੇ ਨਾ ਇੰਨਾ ਡਿਫਿਕਲਟ ਨਹੀਂ ਹੁੰਦਾ ਬਸ ਥੋੜਾ ਜਿਹਾ ਪ੍ਰੋਸੈਸ ਦਾ ਪਤਾ ਹੋਵੇ। ਇਹ ਕਿਸੇ ਦਾ ਸੂਟ ਸੀ ਬੋਡੀ ਬਣਾਣੀ ਸੀ ਉੱਪਰ ਵਾਲੀ ਫਰਾਕ ਸੂਟ ਬਣਾਉਣਾ ਸੀ ਉਹਨਾਂ ਨੇ ਬੋਡੀ ਬਣਾ ਲਈ ਬਾਜੂ ਇਹ ਮੈਂ ਬਾਜੂ ਕਰ ਰਹੀ ਹਾਂ ਬਾਜੂ ਬਣਾਣੀ ਸੀ ਬਾਜੂ ਤੇ ਏਮਬਲਟਰੀ ਕਰਨੀ ਸੀਗੀ। ਹੈਂਡਵਰਕ ਨੂੰ ਦੇਖੋ ਟਾਈਮ ਤਾਂ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਲੱਗਦਾ ਹੈ। ਮੈਂ ਕਿਉਂਕਿ ਇੱਕ ਇੱਕ ਟਾਂਕਾ ਆਪਾਂ ਹੱਥ ਨਾਲ ਲਗਾਉਂਦੇ ਹੁੰਦੇ ਆ ਮਸ਼ੀਨ ਦੇ ਵਰਕ ਨੂੰ ਇੰਨਾ ਟਾਈਮ ਨਹੀਂ ਲੱਗਦਾ। ਜਦੋਂ ਪਰ ਹੈਂਡਵਰਕ ਪੂਰਾ ਕੰਪਲੀਟ ਹੋ ਜਾਂਦਾ ਨਾ ਤਿਆਰ ਹੋ ਜਾਂਦਾ ਤਾਂ ਬਸ ਦੇਖਣ ਲਾਇਕ ਹੁੰਦਾ ਬਹੁਤ ਜ਼ਿਆਦਾ ਸੋਨਾ ਦੇਖੋ ਕਿੰਨੀ ਵਧੀਆ ਬਾਡੀ ਵਾ ਗੋਲਡਨ ਕਲਰ ਕਿੰਨਾ ਸੂਟ ਕਰ ਰਿਹਾ ਇਸ ਕਲਰ ਦੀ ਦੇਖੋ ਨੇੜੇ ਤੋਂ ਦੇਖੋ ਤੁਸੀਂ ਕਿੰਨਾ ਵਧੀਆ ਸਟਾਈਲ ਔਰ ਡਿਜ਼ਾਈਨ ਬਹੁਤ ਵਧੀਆ ਜੇ ਤੁਹਾਨੂੰ ਇਹ ਡਿਜ਼ਾਈਨ ਔਰ ਕਲਰ ਔਰ ਵਰਕ ਇਹ ਪਸੰਦ ਆਇਆ ਨਾ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ